ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਸਾਰੇ ਤੋ ਖਿੜੀ ਹੋਈ ਸ਼ਕਲ ਵੇਖ ਕੇ ਹਿਸਾਬ ਲਾ ਹੀ ਲਓ ਗੇੜਾ ਮਿਲ ਗਿਆ ਮਿੱਤਰੋ ਗੇੜਾ ਆ ਗਿਆ 36-39 ਘੰਟੇ ਹੋ ਗਏ ਘਰੇ ਬੈਠਿਆਂ ਨੂੰ ਘਰੇ ਯਾਰ ਕੋਈ ਕਰਨ ਨੂੰ ਹੈਗਾ ਹੀ ਨਹੀਂ ਠੀਕ ਆ ਮੈਂ ਨਾ ਸਿੰਗਲ ਬੰਦੇ ਦੀ ਕੋਈ ਲਾਈਫ ਨਹੀਂ ਬੰਦਾ ਵਿਆਹ ਵਰਿਆ ਹੋਵੇ ਜਾਂ ਫਿਰ ਚਲੋ ਸਹੇਲੀ ਸਹੂਲੀ ਹੋ ਨਾ ਸਹੇਲੀ ਆ ਨਾ ਯਾਰ ਵਿਹਲੀ ਆ ਇਕੱਲੇ ਘਰੇ ਕੱਢਦਾ ਪਾਊ ਨਹੀਂ ਕੱਢਣੀ ਮੈਂ ਕੱਢ ਲਾ ਨਾ ਕੱਢ ਠੀਕ ਆ ਪਰਸੋਂ ਰਾਤੀ 8:30-9 ਵਜੇ ਦਾ ਆ ਕੇ ਬੈਠੇ ਹਾਂ ਘਰੇ ਅਤੇ ਗੇੜਾ ਉਡੀਕਣ ਦੇ ਹਾਂ ਪਰ ਗੇੜਾ ਆ ਹੀ ਨਹੀਂ ਰਿਹਾ ਸੀ ਹੈ ਨਾ ਕੱਲ੍ਹ ਪਹਿਲਾਂ ਫੋਨ ਲਾਇਆ ਮੈਂ ਕੱਲ੍ਹ ਸਵੇਰੇ ਉੱਠ ਕੇ ਆਉਂਦੇ ਵੀਰੇ ਨਹੀਂ ਹੈਗਾ ਗੇੜਾ ਵੀ 8:30 ਵਜੇ ਫੋਨ ਲਾਇਆ ਮੈਂ ਆਉਂਦੇ 10:30-11 ਵਜੇ ਤੱਕ ਭਾਅ ਜੀ ਆ ਜਾਣਗੇ ਉਦੋਂ ਫੋਨ ਲਾ ਲਿਓ ਉਦੋਂ ਫੋਨ ਲਾਇਆ ਉਦੋਂ ਦੇ ਨਹੀਂ ਵੀਰੇ ਹੈਗਾ ਨਹੀਂ ਅੱਜ ਦਾ ਗੇੜਾ ਕੋਈ ਜੇ ਹੁੰਦਾ ਤਾਂ ਦੱਸਦੇ ਹਾਂ ਫਿਰ ਅੱਜ ਸਵੇਰੇ ਉੱਠ ਕੇ ਫੋਨ ਲਾਇਆ ਉਦੋਂ ਵੀ ਆਉਂਦੇ ਵੀਰੇ ਨਹੀਂ ਹੈਗਾ ਜੇ ਹੁੰਦਾ ਤਾਂ ਦੱਸਦੇ ਹਾਂ ਅਤੇ ਮੈਨੂੰ ਹੁਣੇ ਕਾਲ ਆਈ ਕੋਈ 12:40 'ਤੇ ਹੈ ਨਾ ਮੈਸੇਜ ਆਇਆ ਵੀਰੇ ਕਾਲ ਔਫਿਸ ਐਜ ਸੂਨ ਐਜ਼ ਪੋਸੀਬਲ ਮੈਂ ਉਸੇ ਵੇਲੇ ਘਰੇ ਗੱਲ ਕਰਨਾ ਸੀ ਮੰਮੀ ਨੇ ਕਿਹਾ ਮੈਂ ਮੰਮੀ 2 ਮਿੰਟ ਰੁਕ ਮੈਂ ਹੁਣੇ ਫੋਨ ਕਰਦਾ ਲਾਇਆ ਮਾਤਾ ਨੂੰ ਫੋਨ ਮੈਂ ਮਾਤਾ ਦਾ ਫੋਨ ਕੱਟਿਆ ਮੈਂ ਲਾਇਆ ਫੋਨ ਮੈਂ ਕਿਹਾ ਹਾਂਜੀ ਕਹਿੰਦੇ ਵੀਰੇ ਨਿਊਯਾਰਕ ਦਾ ਗੇੜਾ ਗੱਲ ਆਓਗੇ ਮੈਂ ਕਿਹਾ ਵੀ ਨੇਕੀ ਯਾਰ ਪੂਛ ਮੁੰਡੇ ਤੋਂ ਜਿਹੜਾ ਮਰਜ਼ੀ ਗੇੜਾ ਦੇ ਦਿਓ ਮੇਰੇ ਜਾਣ ਨੂੰ ਤਿਆਰ ਆ ਘਰੇ ਵਿਹਲੇ ਬੈਠੇ ਯਾਰ ਤੁਹਾਨੂੰ ਯਕੀਨ ਨਹੀਂ ਨਾ ਪਰਸੋਂ ਰਾਤੀ 9:30-9 ਵਜੇ ਘਰੇ ਆਇਆ ਪਰਸੋਂ ਉਦੋਂ ਮੈਂ ਬਿਸਤਰੇ 'ਤੇ ਹੀ ਹਾਂ ਉੱਠਿਆ ਹੀ ਨਹੀਂ ਬੈੱਡ ਤੋਂ ਉੱਠ ਕੇ ਕਰਨਾ ਵੀ ਕੀ ਆ ਠੀਕ ਆ ਐਵੇਂ ਕਿਤੇ ਬਾਹਰ ਜਾਓ ਐਵੇਂ $100-150 ਲੱਗ ਜਾਂਦਾ ਸੋ ਅੱਜ ਕੱਲ੍ਹ ਪੈਸੇ ਬਚਾਓ ਮੁਹਿੰਮ ਚੱਲਣ ਦੀ ਆਪਣੀ ਠੀਕ ਆ ਕਿਉਂਕਿ ਖਰਚੇ ਬਹੁਤ ਹੋ ਰਹੇ ਆ ਸੋ ਪੈਸੇ ਬਚਾ ਰਹੇ ਹਾਂ ਅੱਜ ਕੱਲ੍ਹ ਸੋ ਬਾਹਰ ਘੱਟ ਵੱਧ ਹੀ ਜਾਈਦਾ ਐਵੇਂ ਫਾਲਤੂ ਸੋ ਹੁਣ ਗੇੜਾ ਆਇਆ ਹੁਣ ਪਤਾ ਨਹੀਂ ਨਿਊਯਾਰਕ ਜਾਣਾ ਜੇ ਕਿੱਥੇ ਜਾਣਾ ਹਜੇ ਤਾਂ ਮੈਂ ਯਾਰਡ ਜਾ ਰਿਹਾ ਡਿਸਪੈਚ ਨਹੀਂ ਜਾਇਆ ਬਸ ਮੈਨੂੰ ਨਾ ਫੋਨ ਆ ਵੀ ਤੂੰ ਯਾਰਡ ਮੈਨੂੰ ਕਿੰਨੇ ਵਜੇ ਤੱਕ ਯਾਰਡ ਆਈਗਾ ਮੈਂ 1 ਵਜੇ 2 ਵਜੇ ਤੱਕ ਮੈਂ ਆ ਜਾਊ ਯਾਰਡ 40 ਮਿੰਟ ਦਾ ਦਰਾਜ ਹੀ ਆ ਮੇਰੇ ਘਰੋਂ ਅਤੇ 20 ਮਿੰਟ ਮੈਨੂੰ ਲੱਗਣੇ ਨਹਾਉਣ ਧੋ ਕੇ ਤਿਆਰ ਹੋਣ 'ਚ ਸੋ ਮੈਂ 2 ਵਜੇ ਤੱਕ ਆ ਜਾਊਗਾ ਸੋ ਹਜੇ ਤਾਂ 1:10 ਹੀ ਹੋਏ ਆ ਅਤੇ ਆਪਾਂ ਯਾਰਡ ਵਧੀਆ 1:40 'ਤੇ ਪਹੁੰਚ ਜਾਣਾ ਅਤੇ ਆ ਜਾਓ ਚੱਲਦੇ ਹਾਂ ਯਾਰਡ ਨੂੰ ਅਤੇ ਵੇਖਦੇ ਹਾਂ ਵੀ ਗੇੜਾ ਕਿੱਧਰ ਦਾ ਕੀ ਇੱਕ ਗੱਲਬਾਤ ਆ ਰੋਟੀ ਪਾਣੀ ਆਪਾਂ ਕੁਝ ਫੜਿਆ ਨਹੀਂ ਉਹ ਆਪਾਂ ਜੇ ਤਾਂ ਬਫਲੋ ਵਾਲਾ ਬਾਰਡਰ ਟੱਪਣਾ ਹੋਇਆ ਫਿਰ ਉੱਧਰ ਰੈਸਟੋਰੈਂਟ ਪੈਂਦਾ ਇੱਕ ਰਾਹ 'ਚ ਫਲਾਇੰਗ ਜੇ ਤਾਂ ਉੱਥੋਂ ਰੋਟੀ ਫੜ ਲਾਂਗੇ ਅਤੇ ਜੇ ਇੱਧਰੋਂ ਟੱਪਣਾ ਹੋਇਆ ਤਾਂ ਇੱਧਰ ਵੀ ਇੱਕ ਆਉਂਦਾ ਰਾਹ 'ਚ ਉੱਥੋਂ ਰੋਟੀ ਫੜ ਲਾਂਗੇ ਸੋ ਸਿੰਪਲ ਆ ਅਤੇ ਬਾਕੀ ਚਲੋ ਅੱਜ ਦੇਖਦੇ ਹਾਂ ਕੀ ਬਣਦਾ ਕਰਦੇ ਹਾਂ ਗੱਲਾਂ ਬਾਤਾਂ ਮਿਲਦੇ ਹਾਂ ਜੋ ਅੱਗੇ ਹਾਂਜੀ ਚੋਬਰੋ ਅਪਡੇਟ ਇਹ ਆਪਾਂ ਯਾਰਡ 'ਚ ਹੀ ਹਾਂ ਅਜੇ ਤੱਕ ਅਤੇ ਜਿਹੜਾ ਬਾਈ ਆਪਣਾ ਲੋਡ ਚੱਕਣ ਗਿਆ ਉਹ ਮੁੜਿਆ ਨਹੀਂ ਪਤਾ ਨਹੀਂ ਪਤੰਦਰ ਕਿੱਥੇ ਰਹਿ ਗਿਆ ਚੁੱਕਣਾ ਤਾਂ ਲੋਡ ਬਰੈਂਪਟਨ ਤੋਂ ਹੀ ਉੱਥੋਂ ਆਪਾਂ ਪਹਿਲਾਂ ਵੀ ਲੋਡ ਚੱਕਿਆ ਇੱਕ ਵਾਰੀ ਕੋਇਲਾਂ ਲੈ ਕੇ ਗਏ ਹਾਂ ਆਪਾਂ ਉਹ ਵਾਲੀਆਂ ਪੈਨਸਲਵੇਨੀਆ ਲੈ ਕੇ ਗਏ ਹਾਂ ਕੋਇਲਾਂ 8 ਸਕਿਡਡ ਕੋਇਲਾਂ ਹੁੰਦੀਆਂ 8 ਸਕਿਡਾਂ ਹੁੰਦੀਆਂ ਮੈਨੂੰ ਲੱਗਦਾ ਅਤੇ ਸਟਰੈਪਾਂ ਹੀ ਮਾਰਨੀਆਂ ਹੁੰਦੀਆਂ ਕੋਰਨਰ ਪਾ ਕੋਈ ਐਡਾ ਔਖਾ ਕੰਮ ਨਹੀਂ ਹੁੰਦਾ ਪਰ ਬਾਈ ਟਾਈਮ ਪਤਾ ਨਹੀਂ ਕਿਉਂ ਲਾਉਂਦਿਆਂ ਹੈਗੇ ਵੀ ਰੋਲ ਟਾਈ ਆ ਟਾਰਪ ਵੀ ਨਹੀਂ ਪਾਉਣੀ ਉਹਦੇ 'ਤੇ ਸੋ ਉਹ ਕਿੰਨਾ ਟਾਈਮ ਹੋ ਗਿਆ 5:45 ਹੋ ਗਏ ਆਪਾਂ 1:45 'ਤੇ ਆਏ ਹਾਂ ਸੋ ਆਪਾਂ ਨੂੰ 4 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਹੁਣ ਆਪਾਂ ਇਹ 4 ਘੰਟੇ ਪਾਵਾਂਗੇ ਸਿਟੀ ਆਵਰਸ ਕਿਉਂਕਿ ਆਪਾਂ ਨੂੰ ਇੰਨਾ ਕਿਹਾ ਵੀ ਛੇਤੀ ਆ ਜਾ ਲੋਡ ਰੈਡੀ ਆ ਲੋਡ ਪਿੱਕ ਹੁੰਦਿਆ ਤੇਰਾ ਸੋ ਆਪਾਂ ਛੇਤੀ ਆ ਗਏ ਆਪਾਂ 2 ਵਜੇ ਦਾ ਕਿਹਾ ਸੀ ਆਪਾਂ 1:45 'ਤੇ ਆ ਗਏ ਆਪਾਂ ਆਪਣੇ ਟਾਈਮ ਤੋਂ ਕਦੀ ਲੇਟ ਨਹੀਂ ਹੋਏ ਚਲੋ ਵੇਟ ਕਰਦੇ ਹਾਂ ਅੱਜ ਰਾਤ ਨੂੰ ਡਰਾਈਵ ਕਰਨਾ ਪਊਗਾ ਮੈਂ ਵਲੋਗ ਵੇਖ ਕੇ ਜਾਂਦਾ ਕਰਨਾ ਚਗਾਵੇਂ ਬਾਈ ਦਾ ਬਾਈ ਗਿਆ ਨਿਊ ਫਾਰਮਲੈਂਡ ਨੂੰ ਆ ਗਿਆ ਹੋਣਾ ਹੁਣ ਤਾਂ ਬਾਈ ਥੋੜ੍ਹਾ ਲੋਡ ਵੀ 7-8 ਦਿਨ ਬਾਅਦ ਪਾਇਆ ਵਲੋਗ ਬਾਈ ਨੇ ਸੋ ਬਾਈ ਮੈਨੂੰ ਲੱਗਦਾ ਮੁੜਿਆ ਆਇਆ ਹੋਣਾ ਘਰ ਆ ਕੇ ਪਾਏ ਉਹਨੇ ਵਲੋਗ ਬਾਈ ਨੇ ਚਲੋ ਆ ਜਾਓ ਮਾੜਾ ਤੁਹਾਨੂੰ ਯਾਰਡ ਦਾ ਨਜ਼ਾਰਾ ਵਿਖਾਈਏ ਆਪਾਂ ਨੇ ਆਪਣੀ ਕਿਸਮਤ ਝੁੱਡੂ ਆ ਟੌਪ ਲੈਵਲ ਦੀ ਕਿਸਮਤ ਲੈ ਕੇ ਰਾਏ ਨੇ ਲੋਡ ਆਇਆ ਫਲੋਰੀਡਾ ਦਾ ਭਾਵੜੂ ਜਾ ਕੇ ਲੋਡ ਚੱਕ ਵੀ ਲਿਆ ਸਿਕਿਓਰ ਕਰ ਲਿਆ ਡਿਸਪੈਚ ਵਾਲਿਆਂ ਦੇ ਯਾਰ ਆਇਆ ਲੋਡ ਕੈਂਸਲ ਆਇਆ ਮੰਡੇ ਡਿਲੀਵਰੀ ਕਰਨੀ ਆ ਫਰਾਈਡੇ ਨਹੀਂ ਕਰਨੀ ਲਿਆ ਹੁਣ ਤੂੰ ਤਾਂ ਜਾਣਾ ਘਰ ਨੂੰ ਤੂੰ ਰੋਟੀ ਮੈਨੂੰ ਦੇ ਚੌਲ ਆਪਣਾ ਰੋਟੀ ਲੈ ਕੇ ਨਹੀਂ ਆਏ ਹਾਂ ਅਤੇ ਘਰੋਂ ਨਿਕਲੇ ਛੇਤੀ ਛੇਤੀ ਅਤੇ ਮੈਂ ਕਿਹਾ ਰਾਹ 'ਚ ਬਫਲੋ ਵਾਲੇ ਬਾਰਡਰ ਤੋਂ ਪਹਿਲਾਂ ਉੱਥੇ ਰੈਸਟੋਰੈਂਟ ਆਉਂਦਾ ਕਿ ਤਬਾਹ ਮੈਂ ਕਿਹਾ ਉੱਥੋਂ ਰੋਟੀ ਚੱਕ ਲਾਂਗੇ ਜਾਂਦੇ ਪਰ ਕੀ ਪਤਾ ਇਹ ਵੀ ਆਪਣੇ ਭਰਾ ਨੇ ਆਪਣੇ ਲਈ ਫਰਿਸ਼ਤਾ ਬਣ ਕੇ ਆਉਣਾ ਅਤੇ ਰੋਟੀ ਲੈ ਕੇ ਆਊ ਆਪਣੇ ਲਈ
ਟਰੱਕ ਵੀ ਤੇਰਾ ਨਾਲ ਲੈ ਜਾ ਮੈਂ ਯਾਰ ਨਹੀਂ ਇੰਨਾ ਪਿਆਰ ਨਹੀਂ ਯਾਰ ਇਹਦੇ ਟਰੱਕ ਦਾ ਬੰਕ ਵੇਖੋ ਅੰਦਰੋਂ ਕਿੱਡਾ ਖੁੱਲਾ ਵਾ ਮੈਂ ਸੜਦਾ ਆ ਮੈਂ ਨਾ 30 ਰੋਟੀਆਂ ਨੇ ਖਾ ਲਿਆ 30 ਰੋਟੀਆਂ ਕਿੰਨੇ ਚਾਹੀਦੇ ਨਹੀਂ ਨਹੀਂ ਰਹਿਣ ਦੇ ਚੱਲ ਯਾਰ ਰੱਖੇ ਵੀ ਦਹੀਂ ਰਹਿਣ ਦੇ ਭਾਵੇਂ ਦਹੀਂ ਹੈ ਹੀ ਨਹੀਂ ਯਾਰ ਆਪਣੇ ਵਾਲਾ ਬਾਈ ਅਜੇ ਤੱਕ ਨਹੀਂ ਆਇਆ ਸਵਾ ਛੇ ਹੋ ਗਿਆ ਪਤਾ ਨਹੀਂ ਕਦੋਂ ਆਉਣਾ ਪਤੰਦਰ ਨੇ ਆਏ ਅੱਜ ਸਾਰੀ ਰਾਤ ਡਰਾਈਵ ਕਰਨੀ ਪੈਣੀ ਉਹਦੇ ਚੱਕਰ ਚੱਕਰ 'ਚ ਚਲੋ ਡੀਕਦੇ ਹਾਂ ਬਾਈ ਨੂੰ ਕੋਈ ਰੋਟੀ ਦਾ ਇੰਤਜ਼ਾਮ ਹੋ ਗਿਆ ਇਸ ਤਰ੍ਹਾਂ ਫਰਿਸ਼ਤੇ ਆਉਂਦੇ ਆ ਇਸ ਤਰ੍ਹਾਂ ਫਰਿਸ਼ਤੇ ਚੋਬਰ ਫਾਈਨਲੀ ਆ ਗਿਆ ਬਾਈ ਆਹ ਲੈ ਕੇ ਜਾਣਾ ਆਪਾਂ 50-40 ਡਣੇ 'ਚ ਨਹੀਂ ਹੈਗੇ ਯਾਰ ਇਹਦੇ ਡਣੇ ਥੱਲੇ ਰੱਖੇ ਹੋਣਗੇ ਜਾਮ ਵੇਖ ਲੈਂਦੇ ਹਾਂ ਜੇ ਕੋਇਲਾਂ 'ਤੇ ਨਾ ਰੱਖੇ ਫਿਰ ਡਣੇ 'ਚ ਰਖਾ ਕੇ ਲੈ ਕੇ ਜਾਵਾਂਗੇ ਕਿਉਂਕਿ ਲੋਡ ਪੈ ਜਾਂਦੀ ਹੁੰਦੀ ਆ ਅਤੇ ਆਹ ਵਾਲੀ ਰੋਲਟਾ ਹੀ ਲੈ ਕੇ ਜਾਣੀ ਮੈਂ ਬਾਈ ਨੂੰ ਕਹਾਂ ਬਾਈ ਨੂੰ ਕਹਾਂ ਐਂ ਕੱਢ ਕੇ ਇੱਥੇ ਲਾ ਦੇ ਇੱਥੋਂ ਆਪਾਂ ਟਰੱਕ ਕੱਢ ਕੇ ਹੁੱਕ ਕਰਕੇ ਤੇ ਇਹਨੂੰ ਕੱਢ ਲਾਂਗੇ ਬਾਹਰ ਨੂੰ ਆਪਾਂ ਟਰੱਕ ਕੱਢ ਲਈਏ ਪਹਿਲਾਂ ਹੁਣ ਟਰੱਕ ਕੱਢਣ ਨੂੰ ਜਗ੍ਹਾ ਨਾ ਬਚੇ ਭਾਵੇਂ ਆਹ ਹੁਣੇ ਕਰਕੇ ਹਟੇ ਹਾਂ ਇਹਦੀ ਵੀ ਕਲਿੱਪ ਲਾਈ ਹੋ ਅੱਗੇ ਵੇ ਇਹਦਾ ਵੀ ਜਗਾੜ ਜਿਹਾ ਲਾਇਆ ਹੁਣੇ ਚਲੋ ਟਰੱਕ ਕੱਢ ਲਈ ਆ ਜਾਓ ਲਓ ਵੀ ਚੋਬਰੋ ਫਾਈਨਲੀ ਲੈ ਕੇ ਬਾਬੇ ਦਾ ਨਾਂ ਨਿਕਲ ਚੁੱਕੇ ਹਾਂ ਆਪਾਂ ਅਤੇ ਸ਼ਾਮ ਦੇ 7:30 ਹੋ ਗਏ ਨੇ ਅਤੇ ਇੱਥੋਂ ਆਪਾਂ ਪਹੁੰਚਾਂਗੇ ਸਵੇਰ ਦੇ 4 ਵਜੇ ਠੀਕ ਆ ਸੋ ਸਵੇਰ ਦੇ 3:30 ਤੋਂ ਲੈ ਕੇ 4 ਵਜੇ ਪਹੁੰਚ ਜਾਂਗੇ ਆਪਾਂ ਨਹੀਂ 4:30 ਵੱਜ ਜਾਣੇ ਕਿਉਂਕਿ ਵਿੱਚ 1/2 ਘੰਟੇ ਲਈ ਰੁਕਣਾ ਪੈਣਾ 1/2 ਘੰਟੇ ਦੀ ਬ੍ਰੇਕ ਪਾਉਣੀ ਪੈਣੀ ਕਿਉਂਕਿ ਰਾਹ 'ਚ 8 ਘੰਟਾ ਤਾਂ ਵੱਧਦਾ ਹੀ ਆ ਤੇਲ ਪਵਾਉਣ ਵੀ ਰੁਕਣਾ ਹੀ ਆ ਸਿੱਧਾ ਰੁਕਾਂਗੇ ਇੱਥੋਂ ਮੈਨੂੰ ਲੱਗਦਾ ਆਪਾਂ ਬਿੰਗਹੈਮਟਨ ਵਾਲੇ ਲਾਵਸ 'ਤੇ ਜਾ ਕੇ ਰੁਕਾਂਗੇ ਅਤੇ ਉੱਥੋਂ ਪਵਾਵਾਂਗੇ ਤੇਲ ਅਤੇ ਅੱਜ ਸਾਰੀ ਰਾਤ ਡਰਾਈਵ ਕਰਨੀ ਪੈਣੀ ਆ ਆਪਾਂ ਨੂੰ ਸਾਰੀ ਰਾਤ ਡਰਾਈਵ ਕਰਕੇ ਪਹੁੰਚੇ ਉੱਥੇ ਅਤੇ 4 ਵਜੇ ਲਾ ਲਓ ਜੇ ਪਹੁੰਚੇ ਆਪਾਂ 4:30 ਕੱਲ੍ਹ ਆਪਣੀ ਸਵੇਰੇ ਬੁੱਕ ਚੱਲੂਗੀ 2:30 ਵਜੇ ਠੀਕ ਆ ਕੱਲ੍ਹ ਸਵੇਰੇ ਆਪਣੀ ਬੁੱਕ ਚੱਲੀ 2:30 ਵਜੇ ਦੁਪਹਿਰੇ ਕੱਲ੍ਹ 2:30 ਵਜੇ ਹੈ ਨਾ ਅਤੇ ਇੰਨੀ ਕੁ ਆਪਣੇ ਕੋਲ ਸ਼ਾਇਦ ਬੁੱਕ ਹੋਵੇ ਵੀ ਚੱਲ ਬਾ ਸ਼ਹਿਰ ਤੋਂ ਬਾਹਰ ਨਿਕਲ ਕੇ ਕਿਸੇ ਰੈਸਟ 'ਤੇ ਜਾ ਕੇ ਪੈ ਜਾਂਗੇ ਬਾਕੀ ਅਤੇ ਕਿਉਂਕਿ ਡਿਲੀਵਰੀ ਤਾਂ ਸਵੇਰੇ ਆਪਣੀ 9-10 ਵਜੇ ਹੋ ਜਾਂਦੇ ਵੀ 8 ਵਜੇ ਉੱਥੇ ਡਿਲੀਵਰੀ ਕਰਨ ਲੱਗੇ ਆਪਣੀ 8 ਵਜੇ ਓਪਨ ਹੋਏ 10-11 ਵਜੇ ਤੱਕ ਡਿਲੀਵਰੀ ਕਰਕੇ ਵਿਹਲੇ ਹੋ ਜਾਂਗੇ 10 ਵਜੇ ਤੱਕ ਸੋ ਪਿਕਅਪ ਤਾਂ ਕੱਲ੍ਹ ਆਪਣੀ ਹੋਣੀ ਨਹੀਂ ਇਹ ਤਾਂ ਫਾਈਨਲ ਆ ਸੋ ਅੱਜ ਦਾ ਸਾਰਾ ਦਿਨ ਲੱਗ ਗਿਆ ਕੱਲ੍ਹ ਦਾ ਦਿਨ ਲੱਗੂ ਸਾਰਾ ਪਰਸੋਂ ਰਾਤ ਨੂੰ ਆਵਾਂਗੇ ਆਪਾਂ ਵਾਪਸ ਅੱਜ ਹੈਗਾ ਵਾ ਕੀ ਵਾਰ ਅੱਜ ਬੁੱਧਵਾਰ ਸ਼ੁੱਕਰਵਾਰ ਆਵਾਂਗੇ ਬਹੁਤ ਫਿਰ ਅਗਲਾ ਗੇੜਾ ਫਿਰ ਐਤਵਾਰ ਨਿਕਲਣਾ ਪੈਣਾ ਚਲੋ ਉਹ ਵੀ ਦੇਖਾਂਗੇ ਜੇ ਗੇੜਾ ਆਊਗਾ ਚਲੋ ਬੜੀਆਂ ਗੱਲਾਂ ਨਾ ਕਰਦੇ ਅੱਗੇ ਮਿਲਾਂਗੇ ਹੁਣ ਤਾਂ ਆਪਾਂ ਡਰਾਈਵ ਕਰਨਾ ਲਗਾਤਾਰ ਰੋਟੀ ਪਾਣੀ ਦਾ ਵੈਸੇ ਰੁਕਣਾ ਰਾਹ 'ਚ ਲੈਣ ਨੂੰ ਉਹ ਆਪਾਂ ਨੂੰ ਮਤਲਬ ਘਣੀ ਦੇ ਗਏ ਆ ਏਸ ਕਢਾਉਣ ਦੀ ਰੁਕੀ ਤਾਂ ਹੁੰਦਾ ਏਸ ਆਪਾਂ ਯਾਰਡ 'ਚ ਕਢਾ ਲਈ ਆ ਲੋੜ ਵੋਡਾ ਆਪਣਾ ਸਹੀ ਆ ਡਾਕ ਟਰੂਪ ਦਾ ਚੱਕਰ ਨਹੀਂ ਰੋਲ ਟਾਈ ਵਾ ਚਲੋ ਅਜੇ ਨਿਕਲਦੇ ਹਾਂ ਅੱਗੇ ਮਿਲਦੇ ਹਾਂ ਕਰਦੇ ਹਾਂ ਗੱਲਾਂ ਬਾਤਾਂ ਆਇਓ ਉਹ ਵੀ ਚੋਬਰੋ ਮੈਂ ਕਿਹਾ ਤੁਹਾਨੂੰ ਲੋੜ ਦੇ ਦਰਸ਼ਨ ਕਰਾ ਦਈਏ ਆਹ ਹੈਗੀਆਂ ਜੀ ਕੋਇਲਾਂ ਟੋਟਲ ਕਿੰਨੀਆਂ ਵਾ 1, 2, 3, 4, 5, 6, 7, 8 ਕੋਇਲਾਂ ਵਾ ਅਤੇ ਇਹਨਾਂ ਨੂੰ ਆ ਵੇਦਾ ਸੰਗਲ ਮਾਰੇ ਆ ਅੱਗੇ ਪਿੱਛੇ ਵਾਲੀਆਂ ਨੂੰ ਮਤਲਬ 2-2 ਮਾਰੇ ਆ ਅਤੇ ਸੈਂਟਰ ਵਾਲੀਆਂ ਨੂੰ 1-1 ਮਾਰੇ ਆ ਹਾਂ ਅੱਗੇ ਪਿੱਛੇ 2-2 ਮਾਰੇ ਆ ਅਤੇ ਸੈਂਟਰ ਵਾਲੀਆਂ ਨੂੰ ਮਾਰਿਆ 1-1 ਸੰਗਲ ਠੀਕ ਆ ਇਹ ਕੋਇਲ ਹੈਗੀ ਆ ਕੋਈ 5,000 ਤੋਂ ਲੈ ਕੇ 6,000
ਦੇ ਵਿੱਚ ਵਿੱਚ ਆ, ਕੋਈ 5200 ਪਾਉਂਡ ਦੀ ਆ, ਕੋਈ 6000 ਪਾਉਂਡ ਦੀ ਆ, ਕੋਈ 5800 ਪਾਉਂਡ ਦੀ ਆ, ਤੇ ਕੋਈ 800 ਪਾਉਂਡ ਦੀ ਆ। ਸਭ ਕਹਿ ਮੰਮੀਏ ਮੈਂ ਇੱਥੇ ਅੰਦੂ ਗਿਆ ਡੀਜ਼ਲ ਪਾਉਣ ਲਈ, ਠੀਕ ਆ। ਬਾਰਡਰ 'ਤੇ ਆਪਾਂ ਨੂੰ ਲੱਗ ਗਿਆ ਸੀ ਅੱਧਾ ਕੁ ਘੰਟਾ, ਸੋ ਜਿਹੜੀ ਆਪਣੀ ਅੱਧੇ ਘੰਟੇ ਲਈ ਬ੍ਰੇਕ ਹੁੰਦੀ ਉਹਦੇ ਆਪਾਂ ਬਾਰਡਰ 'ਤੇ ਹੀ ਪੂਰੀ ਕਰਤੀ ਸੀ। ਸੋ ਇੱਥੇ ਬਸ ਆਪਾਂ ਡੀਜ਼ਲ ਪਾ ਕੇ ਫਟਾਫਟ ਭੱਜਣ ਦੀ ਕਰਨੀ ਹੈ, ਰਾਤੀ ਉੱਥੇ ਜਾ ਕੇ ਸੌਣਾ। ਅਤੇ ਥੋੜ੍ਹਾ ਕੰਮ ਖਿੱਚਵਾਂ ਹੀ ਹੈ ਐਰ ਕੀ, ਕਿਉਂਕਿ 8 ਘੰਟੇ ਦੀ ਸਪਲਿੱਟ ਪਾਵਾਂਗੇ, ਫਿਰ ਸਵੇਰੇ ਜੇ ਪਿਕਅਪ ਲੱਗ ਗਏ ਪਾਸੇ, ਫਿਰ ਬਾਕੀ 2 ਘੰਟੇ ਦੀ ਪਿਕਅਪ 'ਤੇ ਜਾ ਕੇ ਪਾਵਾਂਗੇ, ਜਾਂ ਫਿਰ ਕੋਈ ਰੈਸਟ ਏਰੀਆ ਸ਼ਹਿਰ ਤੋਂ ਬਾਹਰ ਵੇਖਾਂਗੇ, ਕਿਉਂਕਿ ਆਪਾਂ ਜਮ੍ਹਾਂ ਬਰੁਕਲਿਨ ਡਾਊਨ ਟਾਊਨ ਦੇ ਲਾਗੇ ਜਾਣਾ, ਜਮ੍ਹਾਂ ਹੀ ਡਾਊਨ ਟਾਊਨ ਜਾਣਾ ਹਿਸਾਬ ਨਾਲ। ਸਹੀ ਆ, ਚਲੋ ਤੇਲ ਪਾ ਲਈਏ, ਪੈ ਗਿਆ ਹੋਣਾ ਤੇਲ, ਦੇਖੀਏ ਨਹੀਂ ਚੱਲਣ ਦੇ ਆ ਨੰਬਰ ਅਜੇ। ਸੋ ਇੱਕ ਵਾਰੀ ਪਾ ਲਈਏ ਤੇਲ, ਫਿਰ ਨਿਕਲਦੇ ਹਾਂ ਇੱਥੋਂ, ਕਰਦੇ ਹਾਂ ਗੱਲਾਂ ਬਾਤਾਂ, ਸਵੇਰੇ ਮਿਲਦੇ ਹਾਂ ਜਾਂ ਉੱਥੇ ਪਹੁੰਚ ਕੇ ਮਿਲਦੇ ਹਾਂ, ਆ ਜਾਓ ਮਿਲਦੇ ਹਾਂ। ਹਾਂਜੀ ਬਾਬੇ ਓ, ਕਿੱਦਾਂ ਸਾਰੇ ਪਹੁੰਚ ਕੇ ਬਾਬੇ ਓ, ਬਰੁਕਲਿਨ ਨਿਊਯਾਰਕ, ਠੀਕ ਆ। ਚੈੱਕ ਕਰੋ, ਇੱਦਾਂ ਲੱਗਦਾ ਇੱਥੇ ਟਰੱਕ, ਠੀਕ ਆ। ਜਿਹੜਾ ਆਹ ਸਾਹਮਣੇ ਗੇਟ ਦਿਖਦੇ ਆ ਨਾ, ਉੱਥੇ ਕਿਤੇ ਕਰਨੀ ਆ ਡਿਲੀਵਰੀ ਆਪਾਂ, ਨਹੀਂ ਇੱਥੇ ਕਰਨੀ ਆ ਸਾਚਾ ਵੇ, 263 ਉਹ ਐਡਰੈਸ, ਇੱਥੇ ਕਰਨੀ ਡਿਲੀਵਰੀ ਆਪਾਂ, ਮੈਨੂੰ ਲੱਗਦਾ। ਯਾਰ ਖੁੱਲ੍ਹੇ ਲੱਗਣ ਦੇ, ਇਹਨਾਂ ਨੂੰ ਪੁੱਛ ਹੀ ਨਾ ਲਈਏ, ਕੋਈ ਇਹ ਨਹੀਂ ਜਿਵੇਂ ਅੰਮ੍ਰਿਤਸਰ ਦਫ਼ਤਰ ਜੇ ਹੁੰਦੇ ਤਾਂ ਜੇ ਚੜ੍ਹ ਚੁੜ ਕੇ ਆਉਣ ਲੱਗਣ ਦੇ ਦਫ਼ਤਰ ਜੇ ਦੇ ਮੈਨੂੰ। 263 ਇੱਥੇ ਕਰਨੀ, ਮੈਂ ਇੱਕ ਮਿੰਟ ਐਡਰੈਸ ਕਨਫਰਮ ਕਰੀਏ ਇੱਕ ਮਿੰਟ ਆਪਾਂ, ਕਿਉਂਕਿ ਆਫਿਸ ਦੇ ਅੰਦਰ ਦੇ ਨਾ ਇਹਦੇ ਆ ਗੇਟ ਦੇ ਅੰਦਰ ਮੈਂ ਹੁਣੇ ਭਾਊ ਵੜਦਾ ਵੇਖਿਆ ਇੱਕ। ਐਡਰੈਸ ਕਨਫਰਮ ਕਰ ਲਈਏ, ਪੇਪਰ ਕਿੱਥੇ, ਪੇਪਰ 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 26358, ਠੀਕ ਆ, ਇੱਥੇ ਹੀ ਆ। ਸੋ ਲੈਂਦੇ ਹਾਂ ਪੰਗਾ ਜਿਹਾ, ਵਹਿੰਦੇ ਹਾਂ ਕਰਕੇ ਜਗਾੜ ਜੇ ਕੁਛ ਹੁੰਦਾ ਆ ਤਾਂ। ਚਲੋ ਆਓ ਕਰਦੇ ਹਾਂ ਡਿਲੀਵਰੀ, ਹੁਣ ਤਾਂ ਨਹੀਂ ਆਉਣੀ ਡਿਲੀਵਰੀ ਤਾਂ, ਮੈਨੂੰ ਲੱਗਦਾ ਸਵੇਰੇ ਹੀ ਆਊਗੀ, ਕਿਉਂਕਿ ਜੇ ਭਾਊ ਇਕੱਲਾ ਵੀ ਹੋਇਆ ਲੋਡ ਕਰਨ ਵਾਲੇ ਤਾਂ ਸਵੇਰੇ ਹੀ ਆਉਣਗੇ ਅਨਲੋਡ ਕਰਨ ਵਾਲੇ। ਸੋ ਦੇਖਦੇ ਹਾਂ ਕੀ ਬਣਦਾ, ਆਹ 263 ਆ ਅਤੇ ਆਹ 259 ਆ ਇੱਧਰ, ਠੀਕ ਆ। ਸੋ ਇੱਧਰ ਹੀ ਆ, ਹਾਂ ਇਹਨਾਂ ਗੇਟਾਂ 'ਚ ਹੋਊਗੀ ਤਾਂ ਡਿਲੀਵਰੀ। ਸੋ ਦੇਖਦੇ ਹਾਂ ਕੀ ਬਣਦਾ, ਸਵੇਰੇ ਇੱਥੋਂ ਆਹ ਸਾਈਡ ਸੂਟ ਕਰਨਗੇ ਕੁਛ ਨਾ ਕੁਛ ਕਰਨਗੇ, ਫਿਰ ਹੀ ਕਰਾਂਗੇ ਆਪਾਂ। ਚਲੋ ਅੱਜ ਦੇਖਦੇ ਹਾਂ ਕੀ ਬਣਦਾ ਅਤੇ ਕਰਦੇ ਹਾਂ ਗੱਲਾਂ ਬਾਤਾਂ। ਲਓ ਵੀ ਚੋਬਰੋ, ਮਿਸ਼ਨ ਸਕਸੈਸਫੁਲੀ ਡਨ, ਆ ਪਈਆਂ ਹੁਣ ਇੱਥੋਂ ਇਹਨੂੰ ਕੱਢਦੇ ਹਾਂ, ਅੱਧੀਆਂ ਗਾਹ ਪਈਆਂ ਜਿਹੜੀਆਂ ਲਾਈਆਂ। ਚਲੋ ਆਇਓ ਨਿਕਲਦੇ ਹਾਂ ਹੁਣ ਇੱਥੋਂ। ਓਕੇ ਥੈਂਕ ਯੂ ਬੜੀ, ਹੈਵ ਅ ਗੁੱਡ ਡੇ। ਆਪਣੀ 3 ਘੰਟੇ 45 ਮਿੰਟ ਦੀ ਸਲੀਪ ਇੱਥੇ ਹੋ ਗਈ ਆ, ਬਾਕੀ ਦੀ ਹੁਣ ਗਾਂਹ ਜਾ ਕੇ ਰੈਸਟ ਏਰੀਆ ਜਾ ਕੇ ਕਰਦੇ, ਕਿਉਂਕਿ ਇੱਥੇ ਆਪਾਂ ਖਲੋ ਨਹੀਂ ਸਕਦੇ। ਅਤੇ ਥੋੜ੍ਹਾ ਮੂੰਹ ਮੈਂ ਧੂੜ ਗਏ, ਪਸੀਨੋ ਪਸੀਨੇ ਹੋਇਆ ਪਿਆ ਕੰਮ, ਆਏ ਰੱਬਾ। ਆਇਓ ਮਿਲਦੇ ਹਾਂ ਅੱਗੇ ਮਾੜਾ ਜਿਹਾ ਮੂੰਹ ਮੱਥਾ ਸਵਾਰ ਕੇ, ਆਇਓ। ਹਾਂਜੀ ਬਾਬਿਓ, ਉੱਥੋਂ ਨਿਕਲ ਆਏ ਆਪਾਂ, ਹੁਣ ਆਪਾਂ ਜਾ ਰਹੇ ਹਾਂ ਇੱਥੇ ਇੱਕ ਟਰੈਵਲ ਪਲਾਜ਼ਾ ਆ, ਉਹ ਵਿੰਸ ਲਿੰਬਾਰਡੀ ਟਰੈਵਲ ਪਲਾਜ਼ਾ। ਓ ਹੋ ਹੋ, ਅੱਗੇ ਲੋ ਬ੍ਰਿਜ ਆ, ਅੱਗੇ ਲੋ ਬ੍ਰਿਜ ਆ ਸ਼ਾਇਦ, ਰੁਕ ਜਾਓ ਯਾਰ ਦੇਖੀਏ ਕੀ ਚੱਕਰ ਚੱਲ ਗਿਆ, ਵਾਪਸ ਨਾ ਮੋੜਨਾ ਪੈ ਜਾਣਾ ਨਹੀਂ, ਆਪਾਂ ਇੱਥੋਂ ਰਾਈਟ ਹੋ ਜਾਣਾ। ਸੋ ਇੱਥੇ ਆਪਾਂ ਨੋ ਪਾਰਕਿੰਗ 'ਚ ਲਾ ਕੇ ਖਲੋਤੇ ਸੀ, ਮੈਨੂੰ ਵੀ ਪੇਮੈਂਟ ਟਿਕਟ ਟੁਕੜੀ ਨਾ ਦੇ ਜਾਏ ਕੋਈ ਬਤੰਦਰ। ਸੋ ਇੱਥੇ ਲੱਗ ਗਿਆ ਗਾ, ਹੁਣ ਆਪਾਂ ਪਰਸਨਲ ਪਾ ਕੇ ਲੈ ਜਾਵਾਂਗੇ, ਕਿਉਂਕਿ 12 ਮਿੰਟ ਦੀ ਡਰਾਈਵ ਆ ਇੱਥੇ। ਸੋ ਆਪਾਂ USA ਵਿੱਚ ਜੇ ਤੁਸੀਂ MT ਜੇ ਤੁਸੀਂ ਸੇਫ ਪਾਰਕਿੰਗ ਸਪੋਟ 'ਤੇ ਜਾਣਾ, ਤੁਸੀਂ ਪਰਸਨਲ ਪਾ ਕੇ ਲੈ ਕੇ ਜਾ ਸਕਦੇ ਜੇ ਤੁਹਾਡਾ ਇਹ ਜਿਹੜਾ ਟਾਈਮ ਆ ਇਹ ਡਰਾਈਵਿੰਗ ਦੇ ਵਿੱਚ ਕਾਊਂਟ ਨਹੀਂ ਹੁੰਦਾ, ਇਹ ਤੁਹਾਡਾ ਟਾਈਮ ਸਲੀਪ ਵਾਲੇ ਟਾਈਮ 'ਚ ਹੀ ਕਾਊਂਟ ਹੋ ਜੂਗਾ। ਸੋ ਹੁਣ ਆਪਾਂ ਜਾਂਦੇ ਹਾਂ ਪਲਾਜ਼ੇ 'ਤੇ, ਕਿਉਂਕਿ ਇੱਥੇ ਖੜ੍ਹ ਕੇ ਵੀ ਵੇਟ ਕਰਨ ਦਾ ਮੈਨੂੰ ਲੱਗਦਾ ਨਹੀਂ ਕੋਈ ਫਾਇਦਾ ਸੀ, ਕਿਉਂਕਿ ਜੇ ਮੈਂ ਥੋੜ੍ਹਾ ਵੇਟ ਕਰਦਾ ਰਹਿੰਦਾ ਤਾਂ ਮੁੜ ਕੇ ਫਿਰ ਲੋੜ ਨਾ ਮਿਲਦਾ ਅਤੇ ਸ਼ਾਮ ਨੂੰ ਜਾਂਦਾ, ਉੱਥੇ ਵੀ ਪਾਰਕਿੰਗ ਨਹੀਂ ਮਿਲਣੀ ਸੀ ਆਪਾਂ ਨੂੰ ਟਰੈਵਲ ਪਲਾਜ਼ੇ 'ਤੇ। ਸੋ ਆ ਸੋਚਿਆ ਵੀ ਹੁਣੇ ਚੱਲ ਜਾਂਦੇ ਹਾਂ, ਜੇ ਲੋੜ ਮਿਲ ਗਿਆ ਉੱਥੇ ਜਾ ਕੇ ਖਲੋਨੇ, ਜੇ ਲੋੜ ਮਿਲ ਗਿਆ ਫਿਰ ਵੀ ਗੁੱਡ ਆ, ਅਤੇ ਨਾ ਮਿਲਿਆ ਫਿਰ ਉੱਥੇ ਵਧੀਆ ਵਾਸ਼ਰੂਮ ਵਗੈਰਾ ਹੈਗੇ ਆ ਅਤੇ ਖਾਣ ਪੀਣ ਨੂੰ ਜੁਗਾੜ ਪਾਣੀ ਹੈਗਾ ਆ, ਸੋ ਸੌਖੇ ਰਹਾਂਗੇ। ਸੋ ਆ ਜਾਓ ਚੱਲਦੇ ਹਾਂ ਇੱਥੇ ਪਲਾਜ਼ੇ 'ਤੇ ਅਤੇ ਫਿਰ ਵੇਖਦੇ ਹਾਂ ਕਿ ਕੀ ਬਣਦਾ। ਆ ਜਾਓ ਇੱਧਰੋ, ਇੱਥੇ ਲਾਦਾ ਟਰੱਕ, ਇੱਥੇ ਆਪਾਂ ਆਈਡਲਿੰਗ ਨਹੀਂ ਕਰ ਸਕਦੇ, ਪਰ ਵਾਹਵਾ ਜਿੱਦਾਂ ਕਰੀ ਜਾਂਦੀ ਆ। ਅਤੇ ਆਹ ਟੱਕਰ ਗਿਆ ਆਪਾਂ ਨੂੰ ਆਪਣਾ ਸਾਥੀ ਪੰਜਾਬ ਟਰਾਂਸਪੋਰਟ, ਆਹ ਵਾਲੀ ਸੱਚਾ ਦੇ ਪਲੈਟੀਨਮ ਆ, ਅਤੇ ਆਹ ਵਾਲਾ ਇਹਨੂੰ ਬਾਈ ਨੂੰ ਤਾਂ ਆ ਗਈ ਪਿਕਅਪ, ਨਿਕਲੋ ਨਿਕਲੋ, ਠੀਕ ਆ। ਉਹਨੇ ਤਾਂ ਬਾਈ ਨੂੰ ਪਿਕਅਪ ਆ ਗਈ ਆ, ਸੋ ਬਾਈ ਚੱਲਿਆ ਪਿਕਅਪ ਕਰਨ, ਵਧੀਆ ਗੁਰੂ ਆ। ਮੈਨੂੰ ਤਾਂ ਇੱਥੇ ਤਾਂ ਪਤਾ ਹੀ ਨਹੀਂ ਸੀ, ਮੈਂ ਨਾ ਟਿਕਟੋਕ 'ਤੇ ਵੀਡੀਓ ਵੇਖੀ ਇੱਕ ਬਾਈ ਦੀ, ਅਰਸ਼ ਗਿੱਲ ਦੀ, ਅਤੇ ਉਹਦੀ ਵੀਡੀਓ ਵੇਖ ਕੇ ਪਤਾ ਲੱਗਾ ਸੀ ਆਹ ਪਲਾਜ਼ੇ ਦਾ, ਤਾਂ ਕਰਕੇ ਆਪਾਂ ਵਧੀਆ ਆ ਗਏ ਇੱਥੇ। ਹੁਣ ਕੁਝ ਖਾਣ ਪੀਣ ਨੂੰ ਚੱਲਦੇ ਹਾਂ, ਅਤੇ ਆ ਜਾਓ ਖਾਂਦੇ ਪੀਂਦੇ ਕੁਛ।
ਹਾਂਜੀ ਵੀ ਚੁੱਪ ਰੋ ਗੁੱਡ ਆਫਟਰਨੂਨ ਛੱਡ ਕੇ ਗੁੱਡ ਈਵਨਿੰਗ ਹੋ ਗਈ ਅਗਲੇ ਦਿਨ ਦੀ ਤੇ ਲੋਡ ਆਪਾਂ ਚੁੱਕ ਲਿਆ ਸੀ ਲੋਡ ਤੁਹਾਨੂੰ ਦਿਖਾਵਾਂਗੇ ਯਾਰਡ ਪਹੁੰਚ ਕੇ ਇੱਥੇ ਵੀ ਫੋਟੋਆਂ ਲਾ ਦਿੰਦਾ ਆਹ ਲੋਡ ਸੀ ਕੱਲ ਦਾ ਦਿਨ ਆਪਾਂ ਬੈਠੇ ਰਹੇ ਉੱਥੇ ਜਾਣਾ ਲੋਡ ਨਹੀਂ ਮਿਲਿਆ ਅੱਜ ਮਿਲਿਆ ਲੋਡ ਇੱਥੋਂ ਚੁੱਕਿਆ ਮੇਬਰੁੱਕ ਨਿਊਯਾਰਕ ਤੋਂ ਰੂੰਗਾ ਝੁੰਗਾ ਜੇ ਮਿਲਿਆ ਸਾਰਾ 5000 ਪਾਉਂਡ ਪਰ ਢਾਈ ਤਿੰਨ ਟਨ 3 ਟਨ ਤੋਂ ਘੱਟ ਘੱਟ ਪਾ ਰਹੀ ਤਾਂ ਉਹ 2 ਸਕਿੰਟਾਂ ਸੀਗਾ ਚਲੋ ਫਿਰ ਵੀ ਮਿਲ ਗਿਆ ਵੀਕਐਂਡ ਨਹੀਂ ਖਰਾਬ ਹੋਇਆ ਆਪਣਾ ਘਰ ਵੀ ਰਹਿ ਗਿਆ ਆਪਾਂ 1.5 ਘੰਟਾ ਦੂਰ ਇੱਥੋਂ ਮੇਰੇ ਫੋਨ ਦਾ ਚੱਕਰ ਪੈ ਗਿਆ ਸੀ ਸਵੇਰੇ ਪਤਾ ਨਹੀਂ ਇਹ ਚਾਰਜ ਨਹੀਂ ਹੋਣ ਦਿਆ ਸੀ ਬੰਦ ਹੋ ਜਾਂਦਾ ਸੀ ਵਾਰ ਵਾਰ ਸੋ ਮੈਂ ਫਿਰ ਇਹਨੂੰ ਛੇੜਿਆ ਨਹੀਂ ਬਾਹਲਾ ਹੁਣ ਥੋੜ੍ਹਾ ਜਿਹਾ ਸੈੱਟ ਜਿਹਾ ਹੋਇਆ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ ਸੀ ਇਹਨੂੰ ਫੋਨ ਸੈੱਟ ਹੋਇਆ ਇਹ ਤੇ ਹੁਣ ਮੈਂ ਚੱਲ ਫਿਰ ਕਰ ਲਈ ਰਿਕਾਰਡ ਕਿਉਂ ਤੇ ਚਲੋ ਆ ਜਾਓ ਚੱਲਦੇ ਹਾਂ ਅੱਗੇ ਮਿਲਦੇ ਹਾਂ ਕਰਦੇ ਹਾਂ ਕੋਈ ਗੱਲਬਾਤ ਜੇ ਹੋਈ ਤੇ ਵੈਸੇ ਤਾਂ ਹੁਣ ਕੋਈ ਹੈਗੀ ਨਹੀਂ ਠੀਕ ਆ ਸੋ ਉਹੀ ਆ ਬਰੁਕਲਿਨ ਗਏ ਹਾਂ ਬਾਬੇ ਇੱਕ ਵਾਰੀ ਤੇ ਰਾਤ ਨੂੰ ਤੇ ਇੱਕ ਵਾਰੀ ਚਿੰਤਾ ਜਿਹੀ ਹੋ ਗਈ ਸੀ ਮੈਨੂੰ ਵੀ ਅੱਜ ਤਾਂ ਬੈਗ ਕਿਵੇਂ ਲੱਗੂਗਾ ਹਨਾ ਆਪਾਂ ਬੈਗ ਭਾਵੇਂ ਸਿੱਧੀ ਬੈਗ ਲਾਉਣੀ ਸੀ ਪਰ ਅਗਲੇ ਪਾਸੇ ਜਗ੍ਹਾ ਨਹੀਂ ਹੈਗੀ ਇਹਨੀ ਟਰੱਕ ਸਿੱਧਾ ਕਰ ਸਕੇ ਬੰਦਾ ਅਤੇ ਕੰਮ ਥੋੜ੍ਹਾ ਔਖਾ ਸੀ ਪਰ ਇਹਨਾਂ ਬੈਗ ਲਵਾਇਆ ਜੀ ਤਾਂ ਸੜਕ ਦੀ ਸਾਈਡ 'ਤੇ ਲਵਾ ਕੇ ਫੋਰਕ ਲਿਫਟ ਸੜਕ 'ਤੇ ਲਿਆ ਕੇ ਲਾਦਾ ਕੰਮ ਕਰਦਾ ਚਲੋ ਅਤੇ ਮੁੜ ਕੇ ਉਹ ਟਿਕਟੋਕ ਤੋਂ ਮੈਂ ਇੱਕ ਆਪਣੇ ਮਿੱਤਰ ਦੀ ਵੀਡੀਓ ਵੇਖ ਕੇ ਮੈਨੂੰ ਉਹਦਾ ਪਲਾਜੇ ਦਾ ਪਤਾ ਲੱਗ ਗਿਆ ਪਲਾਜੇ 'ਤੇ ਜਾ ਕੇ ਪੈ ਗਿਆ ਇਹੋ ਕਹਿ ਦਿੰਦੇ ਆ ਫਾਇਦਾ ਹੁੰਦਾ ਵੀਡੀਓ ਵਾਡੀਓ ਪਾਉਣ ਦਾ ਮੈਨੂੰ ਉਹ ਬਾਈ ਦੇ ਕਰਕੇ ਪਤਾ ਲੱਗ ਗਿਆ ਕਿ ਤਾਂ ਮੇਰੇ ਕਰਕੇ ਕਿਸੇ ਹੋਰ ਨੂੰ ਪਤਾ ਲੱਗ ਜੇ ਜਿਹੜਾ ਮੈਨੂੰ ਵੇਖਦਾ ਹੋਵੇ ਗੱਲ ਸਹੀ ਆ ਕਿ ਨਹੀਂ ਚਲੋ ਆਜੋ ਟੱਪਦੇ ਹਾਂ ਬਾਰਡਰ ਰਹਿ ਗਿਆ ਬਸ 5-10 ਮਿੰਟ ਦੀ ਦੂਰੀ 'ਤੇ ਕਰਦੇ ਹਾਂ ਗੱਲਾਂ ਬਾਤਾਂ ਫਿਰ ਲਓ ਵੀ ਚੋਬਰੋ ਬਾਰਡਰ ਆ ਗਿਆ ਏ ਬਾਰਡਰ ਕਿ ਬਾਰਡਰ ਲੋਕਾਂ ਦਾ ਹੋਊ ਬਾਰਡਰ ਸਾਡਾ ਤਾਂ ਹੁੰਦਾ ਹੈ ਬਾਰਡਰ ਹੁਣ ਬਾਰਡਰ 'ਤੇ ਚੜ੍ਹਨ ਤੋਂ ਪਹਿਲਾਂ ਚੜ੍ਹ ਤੇ ਗਏ ਹਾਂ ਬੂਥ 'ਤੇ ਜਾਂਦੇ ਪਹਿਲਾਂ ਮੈਨੀਫੈਸਟ ਪਾਸਪੋਰਟ ਹੁੰਦਾ ਕਿ ਪਾਸਪੋਰਟ ਹੁੰਦਾ ਆਪਣਾ ਤਾਂ ਪਾਸਪੋਰਟ ਹੀ ਹੁੰਦਾ ਅਤੇ ਆਹ ਲੈਣ 'ਚ ਜਾਂਦੇ ਹਾਂ ਵਾਲੇ ਪੰਗੇ ਲੈਣ ਦੀ ਲੋੜ ਨਹੀਂ ਆਪਾਂ ਨੂੰ 2 ਮਿੰਟ ਵੱਧ ਵੀ ਲੱਗ ਜਾਣਗੇ ਕੋਈ ਚੈੱਕ ਵਾਲੀ ਗੱਲ ਹੀ ਨਹੀਂ ਮੇਰੇ ਵੀਰੋ 2 ਘੰਟੇ 'ਤੇ 56 ਮਿੰਟ ਦੀ ਡਰਾਈਵ ਪਈ ਹੈ ਆਪਣੇ ਕੋਲ ਤੋ ਇੱਥੋਂ ਲੈ ਘਰ ਦਾ ਰਾਹ ਤਾਂ ਇੱਥੋਂ ਮੈਂ ਨਵਾਂ ਹਾਂ 1 ਘੰਟੇ 1.5 ਘੰਟੇ ਦਾ ਘੱਟ 1.5 ਘੰਟਾ ਸੋ ਨਾਈਸ ਪਿਕ ਡੀਅਰ ਹੋਇਆ ਤਾਂ ਜ਼ਿਆਦਾ ਦਿਨ ਲੱਗ ਗਿਆ ਇੱਕ ਵਾਰੀ ਇਤਨਾ ਹੀ ਬਾਰਡਰ ਦੇ ਟਾਇਰ ਦਾ ਕੰਮ ਕਰ ਲਿਆ ਮੈਂ ਆਪਣੇ ਦਾ ਨਾਲ ਲੱਗ ਗਿਆ ਸੀ ਠੀਕ ਆ ਸੋ ਜੇ ਤੁਸੀਂ ਪੀ ਆਰ ਜੇ ਫਿਰ ਤੁਹਾਨੂੰ ਵਾਪਸ ਜਾਣ ਲੱਗਿਆ ਪਤਾ ਨਹੀਂ ਪਾਸਪੋਰਟ ਚਾਹੀਦਾ ਹੁੰਦਾ ਕਿ ਨਹੀਂ ਚਾਹੀਦਾ ਹੁੰਦਾ ਪਰ ਵਰਕ ਪਰਮਿਟ ਦੀ ਲੋੜ ਨਹੀਂ ਫਿਰ ਪੀ ਆਰ ਕਾਰਡ ਹਾਂ ਨਹੀਂ ਕੈਨੇਡਾ 'ਚ ਅਮਰੀਕਾ 'ਚ ਵੜਨ ਲੱਗਿਆ ਪਾਸਪੋਰਟ ਚਾਹੀਦਾ ਹੁੰਦਾ ਕਿਉਂਕਿ ਵੀਜ਼ਾ ਲੱਗਾ ਹੁੰਦਾ ਅਤੇ ਵਾਪਸ ਆਉਣ ਲੱਗਿਆ ਪੀ ਆਰ ਕਾਰਡ ਇਨਾਫ ਹੁੰਦਾ ਵਾ ਅਤੇ ਆਪਾਂ ਵਰਕ ਪਰਮਿਟ ਦੇ ਹਾਂ ਆਪਾਂ ਨੂੰ ਪਾਸਪੋਰਟ ਵਰਕ ਪਰਮਿਟ ਅਤੇ ਏਸ ਟੀ ਚਾਹੀਦੀ ਹੁੰਦੀ ਆ ਮੇਨ ਚੀਜ਼ ਆ ਬਸ ਇਹਨੂੰ ਆਪਾਂ ਉੱਤੇ ਰੱਖਾਂਗੇ ਚਲੋ ਐਂ ਕਰਕੇ ਆਪਾਂ ਐਂ ਫੜਾ ਦੇਣਾ ਵੀ ਅੱਜ ਚੱਕ ਪਾਓ ਅੱਜ ਚੱਲਦੇ ਹਾਂ ਅੱਗੇ ਆ ਅੱਜ ਤਾਂ ਕਮਾਲ ਹੀ ਹੋ ਗਿਆ ਬਾਰਡਰ 'ਤੇ ਹੈਂ ਅੱਜ ਤਾਂ ਕਮਾਲ ਹੋ ਗਿਆ ਧੋਤੀ ਫਾੜ ਕੇ ਰੁਮਾਲ ਹੋ ਗਿਆ ਅੱਗੇ ਕੀ ਹੁੰਦਾ ਵਾ ਜੇ ਬਾਰਡਰ 'ਤੇ ਆਉਣਾ ਨੋਰਮਲੀ ਆਈਦਾ ਵਾ ਅੱਜ ਮੈਂ ਬਾਰਡਰ ਟੱਪਿਆ ਵਾ ਵੈਸੇ ਵੀ ਲਵਿਸਟਨ ਵਾਲਾ ਜਿਹੜਾ ਸਿੱਧਾ ਨਾਇਗਰਾ ਫੋਲਸ ਆਣੀ ਜਾਂਦਾ ਵਾ ਵੈਸੇ ਟੱਪੀਦਾ 4 ਟੈਰੀ ਵਾਲਾ ਅਤੇ ਮੈਂ ਜਿਵੇਂ ਬਾਰਡਰ 'ਤੇ ਗਿਆ ਨਾ ਬੂਥ 'ਤੇ ਗਿਆ ਅਤੇ ਮੈਂ ਆਪਣਾ ਰਿਕਾਰਡ ਕਰਨਾ ਸੀ ਪਰ ਚਿੱਤੇ ਭੁੱਲ ਗਿਆ ਉੱਥੇ ਕਰਨ ਦੇਣਾ ਵੀ ਧਿਆਨ ਉੱਧਰ ਚਲ ਗਿਆ ਅਤੇ ਜਦੋਂ ਗਿਆ ਉੱਥੇ ਨੋਰਮਲੀ ਕਹਿੰਦਾ ਜਾ ਕੇ ਟਰੱਕ ਬੰਦ ਕਰੀਦਾ ਫਿਰ ਪੇਪਰ ਫੜਾਈਦੇ ਆ ਅਤੇ ਫਿਰ ਉਹ ਪੁੱਛਦੇ ਆ ਨਾ ਤੁਸੀਂ ਪਹਿਲਾਂ ਵੇਖਿਆ ਹੀ ਆ ਵੀ ਕਿੱਥੇ ਰਹਿੰਦਾ ਕਿੱਧਰੋਂ ਆਇਆ ਕੀ ਆ ਲੈ ਕੇ ਆਇਆ ਕਿ ਸਭ ਕੁਛ ਮੈਂ ਜਾ ਕੇ ਖਿਲਾ ਰਹੇ ਗਿਆ ਜੇ ਮੈਂ ਬੰਦ ਕਰਨ ਲੱਗਾ ਵਾਂ ਪੇਪਰ ਨਹੀਂ ਜੇ ਮੈਂ ਫੜਾਏ ਅਤੇ ਉਹਨੇ ਜਿਹੜੀ ਆਫਿਸਰ ਬੈਠੇ ਨੇ ਪਹਿਲਾਂ ਹੀ ਆਪਦਾ ਹੱਥ ਬਾਹਰ ਕੱਢ ਲਿਆ ਪੇਪਰ ਫੜਾ ਕੇ ਫਿਰ ਬੰਦ ਕਰਨ ਲੱਗਾ ਆਂਦੀ ਕੀਪ ਇਟ ਰਨਿੰਗ ਬੰਦ ਨਾ ਕਰ ਕੁਛ ਨਹੀਂ ਪੁੱਛਿਆ ਬਸ ਆਂਦੀ ਕੋਈ ਅਲਕੋਹਲ ਅਤੇ ਟਬੈਕੋ ਹੈਗਾ ਤੰਬਾਕੂ ਅਲਕੋਹਲ ਅਤੇ ਤੰਬਾਕੂ ਮੈਂ ਕਿਹਾ ਵੀ ਨਹੀਂ ਹੈ ਨਾ ਆਂਦੀ ਓਕੇ ਪੇਪਰ ਉਹਨੇ ਮੋਹਰ ਲਾ ਕੇ ਨਾਲ ਹੀ ਫੜਾ ਤਾ ਕੀ ਰਮਾਨਾ ਕਮਾਲ ਹੀ ਆ ਚੱਲ ਬਾਈ ਖੋਲ ਲੱਗਾ ਸਾਡੇ ਈਜ਼ੀ ਪਾਸ ਹਮ ਨਹੀਂ ਟੋਲ ਪੇ ਕਰੇਂਗੇ ਹਮਾਰੇ ਪਾਸ ਈਜ਼ੀ ਪਾਸ ਹੈ ਚਲੋ ਆ ਜਾਓ ਯਾਰਡ ਨੂੰ ਨਿਕਲ ਗਏ ਹੁਣ ਬਸ ਰਹਿ ਗਿਆ ਇੱਥੋਂ ਰਾਹ ਸਵਾ ਡੇਢ ਘੰਟੇ ਦਾ ਜੇ ਕਿਤੇ ਟ੍ਰੈਫਿਕ ਨਾ ਮਿਲਿਆ ਰੱਬ ਦੀ ਮਿਹਰ ਨਾਲ ਤੇ ਲਓ ਵੀ ਚੁੱਪਰੋ ਫਿਰ ਨਹੀਂ ਗੱਲਾਂ ਗੱਲਾਂ 'ਚ ਖਿਆਲ ਰਿਹਾ ਕਰਦਾ ਟ੍ਰੇਲਰ ਡਰੋਪ ਆਪਾਂ ਯਾਰਡ 'ਚ ਕਰ ਰਹੇ ਹਾਂ ਟਰੱਕ ਪਾਰਕ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਸਿੱਧੀ ਪਾਉਣੀ ਆ ਘਰ ਜਾ ਕੇ ਚੰਗੇ ਵਾਲੇ ਗੇੜਾ ਆ ਗਿਆ ਯਾਰ ਕਿ ਥੋੜ੍ਹਾ ਜਿਹਾ ਵਧੀਆ ਗੇੜਾ ਆਇਆ 2 ਦਿਨ ਤਾਂ ਪੂਰੇ ਵਧੀਆ ਲੱਗਣਗੇ ਬਿਜ਼ੀ ਆਪਣੇ ਅਤੇ
ਚਲੋ ਉਹੀ ਗੱਲਾਂ ਕਰਾਂਗੇ ਅਗਲੇ ਵਲੌਗ ਦੇ ਵਿੱਚ। ਹੁਣ ਆਪਾਂ ਜਾਂਦੇ ਹਾਂ ਘਰ ਨੂੰ। ਤੁਹਾਨੂੰ ਪਤਾ ਹੁਣ ਆਪਣਾ ਕਿਹੜਾ ਮਹਿਕਮਾ ਵਾ, ਆਪਣਾ ਮਹਿਕਮਾ ਵਾ ਡਰੋਪ ਆ ਗੇਅਰ ਐਂਡ ਡਿਸਅਪੀਅਰ। ਚੰਗਾ ਮਿੱਤਰੋ, ਓਕੇ ਬਾਏ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਰੱਬ ਰਾਖਾ, ਧਿਆਨ ਰੱਖਿਆ ਕਰੋ ਸਾਰੇ ਆਪਣਾ, ਬਾਏ ਬਾਏ।